ਹੁਣ ਕਾਫੀ ਚੇਂਜ ਹੈ ਜੀ ਲੱਕੀ 'ਚ ਓਬਵੀਅਸਲੀ ਹੁਣ ਜੇਲ੍ਹ 'ਚ ਆ ਉਹ ਅਤੇ ਜੇਲ੍ਹ ਤੋਂ ਇਹ ਤਾਂ ਘਰਦਿਆਂ ਦੀ ਮਾਰ ਪਵੇ ਤਾਂ ਬੰਦਾ ਉੱਦਾਂ ਸੁਧਰ ਜਾਂਦਾ ਹੈ ਦਬਕਾ ਪਵੇ ਹੁੰਦਾ ਬੰਦਾ ਜੇਲ੍ਹ 'ਚ ਹੋ ਗਿਆ ਸੋ ਦੇਖਦੇ ਹਾਂ ਅੱਗੇ ਕਿੰਨਾ ਕੁ ਫਰਕ ਪੈਂਦਾ ਉਹਦੇ ਕਰੈਕਟਰ ਨੂੰ ਅਲੱਗ ਇਹਦੇ ਵਿੱਚ ਮੈਨੂੰ ਐਂ ਲੱਗਦਾ ਕਿ ਕਰੈਕਟਰ ਜਿਹੜਾ ਹੈਗਾ ਆ ਪਹਿਲਾਂ ਕਾਫੀ ਹੱਸਦਾ ਸੀ ਹਸਾਉਂਦਾ ਸੀਗਾ ਹੁਣ ਵੀ ਹੱਸੂਗਾ ਹਸਾਊਗਾ ਤਾਂ ਹੁਣ ਵੀ ਪਰ ਪਰਸਨਲੀ ਉਹ ਥੋੜ੍ਹਾ ਜਿਹਾ ਚੇਂਜ ਹੋ ਗਿਆ ਕਰੈਕਟਰ ਅਤੇ ਵਧੀਆ ਕਰੈਕਟਰ ਹੁਣ ਹੋਰ ਵੀ ਵਧੀਆ ਨਿਖਰ ਕੇ ਆਊਗਾ ਜੀ ਇੱਕ ਤਾਂ ਸਰ ਦੇਖੋ ਜਿੰਨਾ ਮਤਲਬ ਸਾਡਾ ਕਾਸਟ ਕਰਿਊ ਜਿੰਨਾ ਵੀ ਹੈਗਾ ਆ ਸਾਰੇ ਸਟੂਡੈਂਟ ਸੀਗੇ ਅਤੇ ਪਰਸਨਲੀ ਆਪੋ ਆਪਣੇ ਕੰਮ ਸਾਰਿਆਂ ਦੇ ਸਟੱਡੀਆਂ ਸਾਰਿਆਂ ਦੀਆਂ ਦੈਨ ਉਸ ਤੋਂ ਬਾਅਦ ਜਦੋਂ ਪਲਾਨ ਕੀਤਾ ਤਾਂ ਆ ਕੋਵਿਡ ਦਾ ਇਸ਼ੂ ਹੋ ਗਿਆ ਸੀਗਾ ਅਤੇ ਹੁਣ ਬਣ ਗਿਆ ਫਿਰ ਵੀ ਜਿਨ੍ਹਾਂ ਨੇ ਇਹ ਸੀਜ਼ਨ ਦੇਖਿਆ ਪਿਛਲਾ ਉਹ ਸਾਰੇ ਜਾਣਦੇ ਨੇ ਕਿ ਕਿਰਤ ਕਿੱਦਾਂ ਦੀ ਕੁੜੀ ਦਿਖਾਈ ਗਈ ਆ ਉਹ ਕੁੜੀ ਜਿਹੜੀ ਮਤਲਬ ਆਪਣੇ ਘਰਦਿਆਂ ਦੇ ਕਹਿਣੇ 'ਚ ਵੀ ਆ ਔਰ ਲਾਈਫ 'ਚ ਬਾਹਰ ਆ ਕੇ ਜਦੋਂ ਆਪਣੇ ਕਾਲਜ ਘਰੋਂ ਨਿਕਲ ਕੇ ਜਦੋਂ ਬਾਹਰ ਲਾਈਫ ਦੇ ਵਿੱਚ ਕੈਂਪਸ ਲਾਈਫ ਨੂੰ ਦੇਖਦੀ ਆ ਅਤੇ ਉਸ ਟਾਈਮ ਦੂਜਾ ਉਹਦਾ ਇੱਕ ਸਕੂਲ ਟਾਈਮ ਦਾ ਰਿਲੇਸ਼ਨਸ਼ਿਪ ਆ ਜਿਹਦਾ ਬਾਅਦ ਵਿੱਚ ਜਾ ਕੇ ਕੀ ਹੁੰਦਾ ਕਿ ਬੋਏਫ੍ਰੈਂਡ ਮਾਡਰਨ ਹੋ ਜਾਂਦਾ ਅਤੇ ਕੁੜੀ ਉੱਥੇ ਹੀ ਰਹਿ ਜਾਂਦੀ ਹੈ ਸੋ ਉਸ ਕਿਰਦਾਰ ਨੂੰ ਮੈਂ ਨਿਭਾ ਰਹੀ ਹਾਂ ਕਿ ਕਿੱਦਾਂ ਮੈਂ ਆਪਣੇ ਰਿਲੇਸ਼ਨਸ਼ਿਪ ਨੂੰ ਮੈਂਟੇਨ ਰੱਖ ਰਹੀ ਹਾਂ ਕਿਵੇਂ ਉਹਨੂੰ ਬਚਾ ਬਚਾ ਕੇ ਰੱਖ ਰਹੀ ਹਾਂ ਬਟ ਦੂਸਰੀ ਤਰਫੋਂ ਉਹ ਚੀਜ਼ ਨਹੀਂ ਹੋ ਰਹੀ ਤਾਂ ਉਸ ਜਿਹੜੀ ਲਾਈਫ ਨੂੰ ਪੂਰੀ ਨੂੰ ਆਪਣੀ ਨੂੰ ਕਿਵੇਂ ਅਪਸ ਐਂਡ ਡਾਊਨਸ ਆ ਰਹੀਆਂ ਨੇ ਕਿਰਤ ਦੀ ਲਾਈਫ 'ਚ ਉਹ ਸਾਰਾ ਦਿਖਾਇਆ ਗਿਆ ਇਹਦੇ ਵਿੱਚ ਇਹ ਵਾਈ ਜੇ ਕਿਹੜੀ ਦੇ ਵਿੱਚ ਮੇਰਾ ਰੂਪ ਦਾ ਕਰੈਕਟਰ ਹੈ ਜੀ ਅਤੇ ਬਹੁਤ ਅੱਛਾ ਕਰੈਕਟਰ ਹੈ ਜੀ ਅਤੇ ਪਹਿਲੇ ਸੀਜ਼ਨ 'ਚ ਤੁਸੀਂ ਦੇਖਿਆ ਮੈਨੂੰ ਪਰਵਾਹ ਨਹੀਂ ਸੀਗੀ ਮੇਰੇ ਕਰੈਕਟਰ ਨੂੰ ਪਿਆਰ ਦੀ ਅਤੇ ਆਪਣੇ ਰਿਲੇਸ਼ਨ ਦੀ ਕਦਰ ਨਹੀਂ ਸੀ ਕਰਦਾ ਸੋ ਸੈਕਿੰਡ ਸੀਜ਼ਨ ਦੇ ਵਿੱਚ ਉਹ ਕੀ ਉਹਦਾ ਨਤੀਜਾ ਕੀ ਭੁਗਤ ਰਿਹਾ ਉਹ ਤੁਹਾਨੂੰ ਦੇਖਣ ਨੂੰ ਮਿਲੂਗਾ ਸੀਜ਼ਨ 2 'ਚ ਬਹੁਤ ਕੁਝ ਡਿਫਰੈਂਟ ਹੋਣ ਵਾਲਾ ਹੈ ਕਿਉਂਕਿ ਪਹਿਲਾਂ ਤਾਂ ਮੈਂ ਇਹ ਕਹਿਣਾ ਚਾਹਾਂਗੀ ਕਿ ਸੀਜ਼ਨ 1 ਨੂੰ ਤੁਸੀਂ ਬਹੁਤ ਪਿਆਰ ਦਿੱਤਾ ਉਹਦੇ ਲਈ ਬਹੁਤ ਬਹੁਤ ਧੰਨਵਾਦ ਅਤੇ ਬਹੁਤ ਕੁਝ ਡਿਫਰੈਂਟ ਆਪਾਂ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਤਾਂ ਕਿ ਜਿਹੜਾ ਸੀਜ਼ਨ 1 ਦੀ ਜਿਹੜੀ ਐਕਸਪੈਕਟੇਸ਼ਨਸ ਤੁਸੀਂ ਰੱਖੀ ਸੀ ਸਾਡੇ ਨਾਲ ਉਹ ਬਣੀ ਰਹੇ ਅਤੇ ਸਾਨੂੰ ਵੀ ਥੋੜ੍ਹਾ ਲੈਵਲ 'ਚ ਆਉਣ ਦੀ ਅਸੀਂ ਕੋਸ਼ਿਸ਼ ਕੀਤੀ ਆ ਕਿ ਸੀਜ਼ਨ 1 ਸਾਰਿਆਂ ਨੂੰ ਬਹੁਤ ਪਸੰਦ ਆਇਆ ਸੀ ਸੀਜ਼ਨ 2 ਉਸ ਤੋਂ ਵੀ ਜ਼ਿਆਦਾ ਵੱਧ ਕੇ ਸਾਰਿਆਂ ਨੂੰ ਪਸੰਦ ਆਇਆ ਅਸੀਂ ਇਹੀ ਉਮੀਦ ਕਰਦੇ ਹਾਂ ਬਹੁਤ ਨਵੇਂ ਕੈਰੈਕਟਰਸ ਇੰਟਰੋਡਿਊਸ ਹੋਣਗੇ ਨਵੀਂ ਬਹੁਤ ਕੁਝ ਨਵਾਂ ਹੋਊਗਾ ਸਾਰਿਆਂ ਦੀ ਲਾਈਫ 'ਚ ਜੋ ਤੁਸੀਂ ਦੇਖ ਰਹੇ ਸੀ ਹੁਣ ਅੱਗੇ ਤੁਸੀਂ ਦੇਖੋ ਕਿ ਕੁਝ ਹੁੰਦਾ ਆ ਸੀਜ਼ਨ 2 'ਚ ਦੂਸਰੇ ਸੀਜ਼ਨ 'ਚ ਖਾਸੀਅਤ ਇੱਕ ਤਾਂ ਜਿਹੜੀਆਂ ਪਹਿਲਾਂ ਸਟੋਰੀਆਂ ਬੇਸਿਕਲੀ ਰਹਿ ਗਈਆਂ ਜੀ ਉਹ ਅੱਗੇ ਫੋਰਵਰਡ ਹੋਣਗੀਆਂ ਜਿਹੜੇ ਗੁੱਠੀਆਂ ਨਹੀਂ ਸੁਲਝ ਪਾਈਆਂ ਉਦੋਂ ਜਿਹੜੇ ਕਲਿਫ ਹੈਂਗਰ ਰਹਿ ਗਏ ਸੀਗੇ ਉਹ ਸਾਰੇ ਸੁਲਝਣਗੇ ਅਤੇ ਉਸ ਤੋਂ ਇਲਾਵਾ ਥੋੜ੍ਹਾ ਜਿਹਾ ਇਸ ਵਾਰੀ ਸੀਜ਼ਨ 2 ਦੇ ਵਿੱਚ ਜਿਵੇਂ ਕਾਲਜ ਪੋਲੀਟਿਕਸ ਹਲਕੀ ਜਿਹੀ ਅਸੀਂ ਵੀ ਲਾਈਕ ਲੈ ਕੇ ਆਏ ਹਾਂ ਉਹ ਹੋਏਗੀ ਥੋੜ੍ਹੀ ਜਿਹੀ ਕਾਲਜ ਪੋਲੀਟਿਕਸ ਹੋ ਗਈ ਜਿੱਦਾਂ ਵੀ ਵੋਟਾਂ ਵਗੈਰਾ ਇਲੈਕਸ਼ਨ ਹੁੰਦੀਆਂ ਨੇ ਕਾਲਜ ਦੇ ਵਿੱਚ ਉਹ ਥੋੜ੍ਹਾ ਜਿਹਾ ਅਸੀਂ ਮਾਹੌਲ ਦਿਖਾਇਆ ਅਤੇ ਉਸ ਤੋਂ ਇਲਾਵਾ ਥੋੜ੍ਹਾ ਜਿਹਾ ਸਿਨੇਮੈਟੋਗ੍ਰਾਫੀ ਦੇ ਵਿੱਚ ਵੀ ਅਸੀਂ ਪਹਿਲਾਂ ਨਾਲੋਂ ਅਪਗ੍ਰੇਡ ਕਰਨ ਦੀ ਕੋਸ਼ਿਸ਼ ਕੀਤੀ ਹੈ ਜੀ ਸਾਰਾ ਮਤਲਬ ਥੋੜ੍ਹਾ ਪ੍ਰੋਡਕਸ਼ਨ ਲੈਵਲ ਅਪ ਕੀਤਾ ਪਹਿਲੇ ਸੀਜ਼ਨ ਦੇ ਨਾਲ ਸੈਕਿੰਡ ਸੀਜ਼ਨ ਕਲਾਕਾਰ ਤਾਂ ਇੱਦਾਂ ਫਿਰ ਸਾਡੇ ਨਾਲ ਅਸੀਂ ਤਾਂ ਜਿੰਨੇ ਪਹਿਲਾਂ ਵੀ ਅਸੀਂ ਸਾਰੇ ਫਰੈਸ਼ ਅੱਗੇ ਆਏ ਸੀਗੇ ਇਸ ਵਾਰੀ ਵੀ ਬਹੁਤ ਨਵੇਂ ਫਰੈਸ਼ ਚਿਹਰੇ ਅੱਗੇ ਆਉਣਗੇ ਜਿਹੜੇ ਰੈਕੋਗਨਾਈਜ਼ ਹੋਣਗੇ ਜਿਹੜੇ ਅੱਛੇ ਆਰਟਿਸਟ ਨੇ ਅਸੀਂ ਕੋਈ ਇੱਦਾਂ ਨਹੀਂ ਹੈਗਾ ਵੀ ਕੋਈ ਬੰਦਾ ਜਿਵੇਂ ਫਿਲਮਾਂ ਦੇ ਵਿੱਚ ਕੰਮ ਕਰਦਾ ਵੀ ਉਹਦੇ ਮਗਰ ਹੀ ਭੱਜਦੇ ਹਾਂ ਅਸੀਂ ਆਡੀਸ਼ਨ ਰੱਖਦੇ ਹਾਂ ਸਾਡੇ ਲਈ ਕੋਈ ਇੱਕ ਨਵਾਂ ਫਰੈਸ਼ ਆਰਟਿਸਟ ਵੀ ਹੁੰਦਾ ਕੋਈ ਥੀਏਟਰ ਦਾ ਅਸੀਂ ਉਹਨੂੰ ਵੀ ਮੌਕਾ ਦਿੰਦੇ ਹਾਂ ਜੀ ਉਹਨੂੰ ਵੀ ਈਵਨ ਲੀਡ ਦੇ ਵਿੱਚ ਦਿੰਦੇ ਹਾਂ ਜੀ ਇਹ ਅਲੱਗ ਅਲੱਗ ਕਰੈਕਟਰਸ ਨੇ ਜੀ ਜਿਵੇਂ ਤਾਂ ਅਲੱਗ ਅਲੱਗ ਸਟੋਰੀਆਂ ਚੱਲਦੀਆਂ ਨੇ ਪਿਛਲੀ ਵਾਰੀ ਵੀ ਇਹੀ ਖਾਸੀਅਤ ਰਹੀ ਸੀਗੀ ਵੀ ਸਾਰੇ ਫਲੇਵਰ ਸੀਗੇ ਜੀ ਦੇਖਣ ਨੂੰ ਮਿਲਦੇ ਸੀਗੇ ਕਿਵੇਂ ਰੋਮਾਂਸ ਵੀ ਹੁੰਦਾ ਸੀਗਾ ਜਿੱਦਾਂ ਐਂਗਲ ਰਹਿੰਦਾ ਸੀਗਾ ਕੋਈ ਕਾਮੇਡੀ ਐਂਗਲ ਰਹਿੰਦਾ ਸੀ ਕਿਸੇ ਦਾ ਕੋਈ ਥ੍ਰਿਲਰ ਐਂਗਲ ਰਹਿੰਦਾ ਸੀਗਾ ਤਾਂ ਇਸ ਵਾਰ ਵੀ ਸਾਰਾ ਕੁਝ ਦਾ ਮਿਕਸਚਰ ਹੀ ਹੋਊਗਾ ਜੀ ਮਤਲਬ ਤਾਂ ਕਲਾਕਾਰ ਤਾਂ ਜੀ ਸਾਡੀ ਟੀਮ 'ਚ ਬਹੁਤ ਨੇ ਜੀ ਜਿਵੇਂ ਪੁਖਰਾਜ ਭੱਲਾ ਹੋ ਗਿਆ ਜੀ ਉਹਨਾਂ ਦਾ ਗਾਣਾ ਇੱਕ ਕਰਨ ਸੰਧਾ ਵਾਲੀ ਆ ਲੱਕੀ ਦਾ ਕਰੈਕਟਰ ਨਿਭਾਇਆ ਉਹਨਾਂ ਦਾ ਗਾਣਾ ਹੈ ਜੀ ਪੁਖਰਾਜ ਭੱਲਾ ਦਾ ਜੈਸਮੀਨ ਅਖਤਰ ਜੀ ਦੇ ਨਾਲ ਸੌਂਗ ਆਇਆ ਇਹਦੇ ਵਿੱਚ ਜੀ ਅਤੇ ਉਸ ਤੋਂ ਇਲਾਵਾ ਕੁਝ ਨਵੇਂ ਰੈਪਰ ਮੁੰਡੇ ਨੇ ਜਿੱਦਾਂ ਅੱਜ ਗਾਣਾ ਰਿਲੀਜ਼ ਹੋਇਆ ਮੇਰੇ ਯਾਰ ਜਿਹਦੇ ਮੈਨੂੰ ਲੱਗਦਾ 2 ਘੰਟੇ 2.5 ਲੱਖ ਵੀ ਹੋ ਗਏ ਨੇ ਜੀ ਹੁਣ ਤੱਕ ਅਤੇ ਉਹ ਵੀ ਮੁੰਡਾ ਨਵਾਂ ਐਨਗ੍ਰਿਡਸ ਨਾਮ ਦਾ ਰੈਪਰ ਹੈ ਤਾਂ ਉਹ ਜਿੱਦਾਂ ਦਾ ਮਾਹੌਲ ਹੁੰਦਾ ਜਿੱਦਾਂ ਦਾ ਜੋਨਰ ਆ ਸਾਡਾ ਜੀ ਉਹਦੇ ਲਈ ਤਾਂ ਸਾਨੂੰ 2 ਰੈਪ ਸੌਂਗ ਨੇ ਜੀ ਇਹਦੇ ਵਿੱਚ ਤਾਂ ਟੋਟਲ ਕੁੱਲ ਮਿਲਾ ਕੇ 4-5 ਸੌਂਗ ਹੋਣਗੇ ਜੀ ਇਹਦੇ ਵਿੱਚ ਤਾਂ ਲੋਕੇਸ਼ਨ 'ਚ ਅਸੀਂ ਉਰੇ ਰਿਆਤ ਬਾਰੇ ਹੀ ਸ਼ੂਟ ਕੀਤਾ ਜੀ ਸਾਰਾ ਹਾਂਜੀ ਕਾਲਜ ਪ੍ਰਸ਼ਾਸਨ ਨੇ ਸਾਡਾ ਬਹੁਤ ਸਾਥ ਦਿੱਤਾ ਜੀ ਉਰੇ ਇੱਥੇ ਜ਼ਿਆਦਾ ਥੋੜ੍ਹਾ ਬਹੁਤਾ ਵੀ ਹਲਕਾ ਫੁਲਕਾ ਕਿਸੇ ਦੇ ਘਰ ਚਲੇ ਗਏ ਬਾਕੀ ਮੇਨਲੀ ਤਾਂ ਅਸੀਂ ਉਰੇ ਰਿਆਤ 'ਚ ਹੀ ਸ਼ੂਟ ਕੀਤਾ ਜੀ ਜ਼ਿਆਦਾ ਪੋਰਸ਼ਨ ਲਾਈਕ ਹਾਂਜੀ ਉਰੇ ਸਾਨੂੰ ਕਾਫੀ ਸਪੋਰਟ ਕਰੀ ਹੈ ਜੀ ਕਾਫੀ ਮਤਲਬ ਕੋਈ ਵੀ ਹੈਲਪ ਹੁੰਦੀ ਸੀਗੀ ਜਿਵੇਂ ਵੀ ਹੁੰਦੀ ਸੀ ਡਿਫਰੈਂਟ ਇਹ ਰਿਹਾ ਜੀ ਉਸ ਟਾਈਮ ਅਸੀਂ ਥੋੜ੍ਹੇ ਕਹਿ ਲਓ ਤੁਸੀਂ ਇੱਕ ਤਰ੍ਹਾਂ ਦੇ ਯਾਰ ਦੋਸਤ ਸੀਗੇ ਜੀ ਇੱਦਾਂ ਹੀ ਕੰਡੈ ਬਣਾ ਬੈਠ ਕੇ ਬਣਾਉਣ 'ਤੇ ਸੀਗੇ ਲਿਟ ਹੋ ਗਿਆ ਪਤਾ ਨਹੀਂ ਲੱਗਿਆ ਜੀ ਹੁਣ ਥੋੜ੍ਹਾ ਜਿਹਾ ਪ੍ਰੋਫੈਸ਼ਨਲੀ ਕੰਮ ਕੀਤਾ ਜੀ ਤਾਂ ਪਹਿਲਾਂ ਆਈ ਮੀਨ ਫਿਲੀਆਂ ਮਰੀ ਜਾਂਦੇ ਹੁੰਦੇ ਸੀ ਕਦੇ ਕੁਛ ਕਰ ਲਈ ਐਤਕੀ ਥੋੜ੍ਹਾ ਜਿਹਾ ਜਿੱਦਾਂ ਪ੍ਰੋਡਕਸ਼ਨ ਲੈਵਲ ਜਿੱਦਾਂ ਕਿ ਅਪ ਕਰਿਆ
तो टीम पहला जो लॉकडाउन तो पहला जिन्ना शूट किया पोर्शन काफ़ी वड्डी टीम होंदी सीगी तो वो करके थोड़ा जा फर्क यही रहा जी टाइम ज़्यादा लिया टाइम पहला नो अपग्रेड करने की कोशिश की आ शॉर्ट्स वगैरह भी ज़्यादा कढ़े ने पहला नो तो वह रहा जी करैक्टर हाँ लेट हाले तो बहुत नहीं लेट रहा जी देखो जो हूँ भी लेट आए जो इस टाइम भी लेट नहीं तो है ही नहीं वो लेट ही उही आए नहीं जी सब कुछ सीखने मिलता जी तुम कि जिदा पिछले सीजन के भी असं बहुत वो रखा सी तुम भी थोड़ा माँ प्यो की रिस्पैक्ट करनी चाहिए जिम्मे कई माँ पूरे बच्चे आके जो उन्होंने माँ प्यो सिंपल जो उन्होंने भुले जाते हैं उन्होंने रैकोगनाइज नहीं करते तो वो भी असी दिखाया तो कि भी लव स्टोरी के तुम कि लॉयल रहना किसी के नाल असी दिखाया तो उस तो इलावा कुछ विचारधारा जो होंगी नशियां तो ओबियसली जो करैक्टर से पिछली बार लाली जी काफ़ी प्यार दिता लोगों ने तो वह भी नशियां के उत्ते मतलब सारे ओवरऑल जिन्हें भी तुम कह लो भी प्रॉब्लम सगिया वह सारा असं वो किया इस बार भी सेम उही स्टोरीज के नाल सारा कुछ हो गया देखो असी कदें भी देखो हुण असी तो रियलिटी दिखाउणी है जी असी नशा करता भी दिखावांगे असी किसी नूं रिवॉल्वर चलाउंदा भी दिखावांगे पर कदें असी उहनूं ग्लोरीफाई नहीं किया असी ऐ नहीं किया भी गन चला के चलो चक्कर फट्टे भी अपना साडा मेन करैक्टर गन चला रहिंदा साडा मेन करैक्टर जे नशा ला रहा तां उहनूं की उहनूं भी उहदे ते की बीत रही है असी उह दिखाया जी हमेशा तो हमेशा असी ये चीज़ साडा एज अ डायरैक्टर सानूं दिखाउणा पैंदा सारा कुछ जो मीडिया जो रियलिटी है वो दिखाउणा पैंदा हुण उहदे तों जो जनता ने इंटरप्रेट करना उन्होंने होंगे उन्होंने निर्भर करते जो की करेंगे पर असी साडे करैक्टर नूं कदे भी उस चीज़ नूं ग्लोरीफाई करते नहीं दिखाया जी कोई भी ड्रग्स नूं या इन्हां नूं कह लो तुसीं हथियार वगैरह मुंडे कुड़ियां इन्ना वधिया नहीं जिहा अगे मनुखी कदरां कीमतां दा पर मैं इन्हां दे विच वड़ के तिक्के नेड़ों देखिया यार सारे सारा 18-18 घंटे काम करते रहे मेहनत करते रहे टीम वर्क मैं इन्होंने बड़ा देखा जिहड़ी ड्यूटी एक नूं देती उन्हें करनी करनी है किंतु परंतु नहीं करना मैं रहा जिवें सगियां भैणां होंदियां कुड़ियां भी रोल करदियां नाल आए रल के रहे मैं इन्हों तो सीखा बल्कि बाकी पंजाब कहते गभरू यह जे कहते गभरू पंजाब कहा जाऊगा ये इन्ने वधिया ने इन्ना इन्ना सुनेहा वधिया दिता पंजाब खुशहाल रहो भारत खुशहाल रहो मैं याद है जो मैं आप असी पढ़ते सी तो सानू यूनिवर्सिटी वालों एक लैटर आई और कहा गया कि तुसी वो कॉलेज का पूरा इनवायरमेंट उन्होंने चिट्ठी के पूरे का पूरा दसिया भी वो कॉलेज दियाँ हॉस्टल की लाइफ कॉलेज के जो पानी वाली दाल उन्होंने वर्ड भी पानी वाली दाल कहा भी हॉस्टल जी रोटी है वो इन्नी ज़्यादा वधिया नहीं होंगी और लैटर लिखा उन्होंने पानी वाली दाल वो कच्चिया रोटियां थानू वापस बुला रही हैं सो और जी लाइफ हॉस्टल लाइफ सी वो हमेशा ही आप सारे लोग तुसी लोग भी और असी सारे लोग उसनू याद करते हैं तो साड़ी मैं टीम का बहुत शुक्रगुजार हाँ कि इन्होंने रियात बाहरा पटियाला कैंपस में चूज़ किया एक फैमिली की तरह ये जनवरी के साडे कोल आ गए थे और जनवरी में लॉकडाउन का पीरियड भी रहा और अज जो तुम देखो इन सितंबर मंथ इन्होंने वो पूरा कंप्लीट की है डॉक्यूमेंट्री जो अज मैं कोई बच्चे दसदा हाँ तो कई बार बच्चा उन्होंने लैक्चर की फॉर्म च ले लेंदा है कि भी ज्ञान वंडिया जा रहा है पर जो जिस डॉक्यूमेंट्री राही इन्होंने वो करने की कोशिश की है इन्होंने स्टूडेंट न स्टूडेंट बन के ही समझाने की कोशिश की है